4 ਸਾਲਾ ਲਿੰਕਨ ਨੂੰ ਕਰੋਨਾ ਵਾਇਰਸ ਹੈ ਤੇ ਉਹ ਆਈਸੀਯੂ ਦੇ ਵਿੱਚ ਉਸ ਨੂੰ ਜ਼ਿੰਦਾ ਰੱਖਣ ਲਈ ਆਕਸੀਜਨ ਦਿੱਤੀ ਜਾ ਰਹੀ ਹੈ ਜਦੋਂ ਡਾਕਟਰ ਨੇ ਮੈਨੂੰ ਦੱਸਿਆ ਕਿ ਉਹ ਪੋਜ਼ਿਟਿਵ ਹੈ ਮੈਂ ਰੋਣ ਲੱਗ ਪਈ ਸ਼ੁਰੂਆਤਾਂ ਮੈਨੂੰ ਕੁਝ ਸਮਝ ਹੀ ਨਹੀਂ ਆਇਆ ਅਸੀਂ ਘਰੇ ਰਹੇ ਤੇ ਉਸ ਨੂੰ ਹਰ ਗਤੀਵਿਧੀ ਚੋਂ ਬਾਹਰ ਕੱਢ ਲਿਆ ਫਿਰ ਵੀ ਉਸ ਨੂੰ ਕੋਰੋਨਾ ਵਾਇਰਸ ਹੋ ਗਿਆ ਹਰ ਕੰਟਿਊਸ ਦੀ ਹਾਲਤ ਵਿਗੜ ਰਹੀ ਸੀ ਇਹ ਕੀ ਹੋ ਰਿਹਾ ਤੇ ਕਿੰਨਾ ਕੁ ਬੁਰਾ ਹੋ ਸਕਦਾ ਚਾਰ ਹਫ਼ਤਿਆਂ ਬਾਅਦ ਲਿੰਕਨ ਠੀਕ ਹੋ ਗਿਆ ਮੈਨੂੰ ਹਸਪਤਾਲ ਦੇ ਵਿੱਚ ਸਭ ਤੋਂ ਵੱਧ ਮਦਦਗਾਰ ਲੱਗਿਆ ਉਸੇ ਅੱਜ ਦੇ ਵਿੱਚ ਰਹਿਣਾ ਤੇ ਆਪਣੇ ਮਨ ਨੂੰ ਭਟਕਣਨਾ ਦੇਣਾ ਮੈਂ ਉਸ ਨੂੰ ਲੈ ਕੇ ਬਹੁਤ ਕੁਝ ਬੁਰਾ ਨਹੀਂ ਸੋਚਣਾ ਚਾਹੁੰਦੀ ਸੀ ਕਦੇ ਨਹੀਂ ਸੋਚਣਾ ਚਾਹੁੰਦੀ ਸੀ ਕਿ ਉਹ ਘਰ ਵਾਪਸ ਆਵੇਗਾ ਜਾਂ ਨਹੀਂ ਮੈਂ ਸੋਚਣਾ ਨਹੀਂ ਸੀ ਚਾਹੁੰਦੀ ਅਜਿਹਾ ਕਰਨਾ ਬਹੁਤ ਔਖਾ ਸੀ ਕਿਉਂਕਿ ਹਰ ਕੰਟੇ ਉਸਨੂੰ ਆਕਸੀਜਨ ਦਿੱਤੀ ਜਾਂਦੀ ਪਰ ਇਸ ਤਰ੍ਹਾਂ ਨਾ ਸੋਚੇ ਨੇ ਮੇਰੀ ਕਾਫੀ ਮਦਦ ਕੀਤੀ ਤਿੰਨ ਹਫ਼ਤਿਆਂ ਦੀ ਬੱਚੀ ਪੇਟਨ ਦਾ ਟੈਸਟ ਵੀ ਪੋਜ਼ਿਟਿਵ ਆਇਆ ਸੀ ਉਹ ਯੂਕੇ ਦੇ ਵਿੱਚ ਸਭ ਤੋਂ ਛੋਟੀ ਉਮਰ ਦੀ ਮਰੀਜ਼ ਸੀ ਅਸੀਂ ਸਿਰਫ ਉਸਦੀ ਤੰਦਰੁਸਤੀ ਚਾਹੁੰਦੇ ਸੀ ਅਤੇ ਖੁਸ਼ਕਿਸਮਤਾਂ ਕਿ ਇਹ ਹੁਣ ਠੀਕ ਹੈ ਮੈਂ ਕਦੇ ਹਾਰ ਨਹੀਂ ਮੰਨੀ ਸੀ ਤੇ ਉਸ ਕੋਲ ਹੀ ਰਹੀ ਸੀ ਉਸਦੇ ਪਿਤਾ ਕਹਿੰਦੇ ਸਨ ਕਿ ਇੰਜ ਲੱਗਦਾ ਹੈ ਜਿਵੇਂ ਉਹ ਕਦੇ ਬਾਹਰ ਨਹੀਂ ਜਾਵੇਗੀ ਜੀ ਹਾਂ ਕਦੇ ਨਹੀਂ ਇੱਕ ਵੇਲਾ ਆਇਆ ਜਦੋਂ ਸਾਨੂੰ ਲੱਗਿਆ ਕਿ ਅਸੀਂ ਬਹੁਤ ਕੁਝ ਗਵਾਉਣ ਵਾਲੇ ਹਾਂ ਮੈਂ ਹੱਦੋਂ ਵੱਧ ਸਾਵਧਾਨ ਵੀ ਨਹੀਂ ਹੋਣਾ ਚਾਹੁੰਦੀ ਸੀ ਕਿ ਬੱਚੇ ਜ਼ਿੰਦਗੀ ਵੀ ਨਾ ਜੀ ਸਕਣ ਪਰ ਇਸ ਬਿਮਾਰੀ ਨੇ ਮਹਿਸੂਸ ਕਰਵਾ ਦਿੱਤਾ ਕਿ ਮੇਰੇ ਬੱਚਿਆਂ ਦੇ ਨਾਲ ਮੇਰਾ ਸਮਾਂ ਬੇਹਦ ਕੀਮਤੀ ਸੀ ਸਬੂਤ ਦਰਸਾਉਂਦੇ ਨੇ ਕਿ ਕੋਵਿਡ-19 ਦਾ ਬੱਚਿਆਂ ਉੱਤੇ ਘੱਟ ਅਸਰ ਪੈਂਦਾ ਪਰ ਇਹ ਨਹੀਂ ਚਾਹੁੰਦੀ ਕਿ ਮਾਪਿਓ ਬੇਫਿਕਰੇ ਹੋ ਜਾਣ ਮੈਂ ਨਹੀਂ ਚਾਹੁੰਦੀ ਕਿ ਅਜਿਹਾ ਸਮਾਂ ਕਿਸੇ ਉੱਤੇ ਵੀ ਆਵੇ ਮੈਂ ਹੰਡਾਇਆ ਮੈਨੂੰ ਘਰੇ ਰਹਿਣਾ ਚਾਹੀਦਾ ਸੀ ਕਾਸ਼ ਮੈਂ ਘਰੇ ਰਹਿੰਦੀ ਮੈਨੂੰ ਚਾਹਦੀ ਮਾਪਿਆਂ ਦੇ ਪਸੰਦ ਕੀਤੇ ਹੋਏ ਬਦਲ ਦੇ ਨਾਲ ਉਹਨਾਂ ਦੇ ਬੱਚੇ ਬਿਮਾਰ ਹੋ ਜਾਣ ਮਾਪਿਆਂ ਦੇ ਲਈ ਇਹ ਕਹਿਣਾ ਸੋਖਾ ਹੋਵੇਗਾ ਕਿ ਮੈਂ ਹਰ ਕੋਸ਼ਿਸ਼ ਕੀਤੀ ਪਰ ਫੇਰ ਵੀ ਇਹ ਹੋ ਗਿਆ ਇਹ ਕਹਿੰਦੀ ਥਾ ਕਿ ਅਸੀਂ ਇਸ ਨੂੰ ਗਰਾਊਂਡ ਦੇ ਵਿੱਚ ਲੈ ਕੇ ਗਏ ਅਸੀਂ ਇਸ ਨੂੰ ਬਿਲਕੁਲ سنجਿੱਦਗੀ ਦੇ ਨਾਲ ਨਹੀਂ ਲਿਆ ਦੇਖੋ ਮੇਰਾ ਬੱਚਾ ਹਸਪਤਾਲ ਦੇ ਵਿੱਚ ਵੈਂਟੀਲੇਟਰ ਉੱਤੇ ਹੈ ਵੈਂਟੀਲੇਟਰ